ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ। 6 ਜੁਲਾਈ ਹਰ ਸਾਲ ਵਿਸ਼ਵ ਜਨੋਟਿਕ ਬਿਮਾਰੀਆਂ ਦਾ ਜਿਹੜਾ ਹੈਗਾ ਦਿਨ ਉਹ ਮਨਾਇਆ ਜਾਂਦਾ। ਜਨੋਟਿਕ ਬਿਮਾਰੀਆਂ ਜਿਹੜੀਆਂ ਹੁੰਦੀਆਂ ਉਹ ਹੁੰਦੀਆਂ ਜਿਹੜੀਆਂ ਪਸ਼ੂਆਂ ਤੋਂ ਬੰਦਿਆਂ 'ਚ ਫੈਲਦੀਆਂ, ਮੰਨ ਲਓ ਜਿਵੇਂ ਮੱਝਾਂ ਗਾਵਾਂ ਭੇਡਾਂ ਬੱਕਰੀਆਂ ਹੈ ਨਾ, ਬਾਂਦਰ ਹੋ ਗਏ, ਸੂਰ ਹੋ ਗਏ ਹੈ ਨਾ, ਮੁਰਗੀਆਂ ਹੋ ਗਈਆਂ, ਇਹਨਾਂ ਤੋਂ ਜਿਹੜੀਆਂ ਬਿਮਾਰੀਆਂ ਹੈਗੀਆਂ ਉਹ ਬਿਮਾਰੀਆਂ ਹੁੰਦੀਆਂ। ਇਸ ਵੇਲੇ ਜਿੰਨੀਆਂ ਵੀ ਬਿਮਾਰੀਆਂ ਜਿਹੜੀਆਂ ਹੈਗੀਆਂ ਦੇਖੀਆਂ ਜਾ ਰਹੀਆਂ ਮਨੁੱਖਾਂ ਦੇ ਵਿੱਚ, ਬੰਦਿਆਂ ਦੇ ਵਿੱਚ, 60% ਤੋਂ ਵੱਧ ਬਿਮਾਰੀਆਂ ਜਿਹੜੀਆਂ ਉਹ ਪਸ਼ੂਆਂ ਤੋਂ ਆ ਰਹੀਆਂ। ਬਹੁਤ ਹੀ ਜ਼ਰੂਰੀ ਵੀਡੀਓ ਹੈ, ਅੱਜ ਆਪਾਂ ਇੱਕ ਬਿਮਾਰੀ ਬਾਰੇ ਗੱਲ ਕਰਾਂਗੇ। ਆਉਣ ਵਾਲੇ 1-2 ਹਫ਼ਤੇ 'ਚ ਆਪਾਂ ਇਸ ਵਿਸ਼ੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ 3-4 ਬਿਮਾਰੀਆਂ ਨੇ ਜਿਹੜੀਆਂ ਬਹੁਤ ਹੀ ਖਤਰਨਾਕ ਨੇ। ਪਹਿਲੀ ਬਿਮਾਰੀ ਜਿਹਦੀ ਆਪਾਂ ਗੱਲ ਕਰਾਂਗੇ ਉਹ ਹੈਗੀ ਬਰੂਸੀਲੋਸਿਸ। ਬਰੂਸੀਲੋਸਿਸ ਜਿਹੜੀ ਹੈਗੀ ਇਹ ਮੱਝਾਂ ਗਾਵਾਂ 'ਚ ਭੇਡਾਂ ਬੱਕਰੀਆਂ 'ਚ ਤੂ ਜਾਣ ਦੀ ਬਿਮਾਰੀ ਹੁੰਦੀ ਹੈ। ਮੱਝਾਂ ਗਾਵਾਂ 'ਚ ਅਕਸਰ ਕੀ ਹੁੰਦਾ ਹੈਗਾ ਵੀ ਪਸ਼ੂ ਜਿਹੜੇ ਹੈਗੇ 6ਵੇਂ, 7ਵੇਂ, 8ਵੇਂ ਮਹੀਨੇ ਬੱਚਾ ਸੁੱਟ ਜਾਂਦੇ ਹੈ। ਪਹਿਲੀ ਵਾਰ ਜਦੋਂ ਪਸ਼ੂ ਬੱਚਾ ਸੁੱਟਦੇ ਆ ਜੇਰ ਨਹੀਂ ਪੈਂਦੀ, ਦੂਜੀ ਵਾਰ ਬਹੁਤੇ ਵਾਰੀ ਪਸ਼ੂ ਬੱਚਾ ਨਹੀਂ ਸੁੱਟਦੇ ਪਰ ਸਿਰਫ ਜੇਰ ਫਸਦੀ ਹੈ। ਪੰਜਾਬ 'ਚ ਬਿਮਾਰੀ ਬਹੁਤ ਜ਼ਿਆਦਾ ਪਸ਼ੂਆਂ 'ਚ ਪਾਈ ਜਾਂਦੀ ਹੈ। ਅੰਕੜੇ ਕਹਿੰਦੇ ਆ ਵੀ 15-20% ਪਸ਼ੂਆਂ ਦੇ ਵਿੱਚ ਵੀ ਬਿਮਾਰੀ ਹੈਗੀ। ਸੋ ਮੇਨ ਗੱਲ ਇਹ ਹੈ ਵੀ ਇਹਦਾ ਖਤਰਾ ਕੀ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਇਹ ਪਸ਼ੂਆਂ ਵਾਸਤੇ ਬੜੀ ਖਤਰਨਾਕ ਹੈ। ਵੀ ਇੱਕ ਵਾਰੀ ਜਦੋਂ ਪਸ਼ੂ ਨੂੰ ਬਿਮਾਰੀ ਹੋ ਜਾਂਦੀ ਹੈ ਤਾਂ ਸਾਰੀ ਉਮਰ ਜਿਹੜਾ ਹੈਗਾ ਪਸ਼ੂ 'ਚ ਇਹ ਬਿਮਾਰੀ ਜਾਂਦੀ ਨਹੀਂ ਹੈਗੀ। ਅਕਸਰ ਅਸੀਂ ਕੀ ਕਰਦੇ ਹਾਂ, ਲੋਕ ਕਹਿੰਦੇ ਵੀ ਕੱਢ ਦਿਉ, ਕੱਢ ਕੇ ਜਾਣਾ ਕਿੱਥੇ ਹੈ, ਇੱਕ ਤੋਂ ਦੂਜੇ ਕੋਲ, ਦੂਜੇ ਤੀਜੇ ਕੋਲ, ਤੀਜੇ ਤੋਂ ਫਿਰ ਪਹਿਲੇ ਕੋਲ, ਇੱਦਾਂ ਹੀ ਘੁੰਮਦੇ ਘੁੰਮਦੇ ਬਿਮਾਰੀ ਫੈਲ ਰਹੀ ਹੈ ਇਹ। ਹੋਰ ਗੱਲ ਕੀ ਹੈ, ਦੇਖੋ ਵੀ ਇਹਦਾ ਕੋਈ ਪੱਕਾ ਇਲਾਜ ਹੈ ਨਹੀਂ ਗਾ ਪਸ਼ੂਆਂ ਦੇ ਵਿੱਚ। ਹੁਣ ਦੇਖੋ ਹੁੰਦਾ ਕੀ ਹੈ ਵੀ ਫੈਲਦੀ ਕਿੱਦਾਂ ਬਿਮਾਰੀ ਇਹ ਪਸ਼ੂਆਂ ਤੋਂ ਪਸ਼ੂਆਂ ਅਤੇ ਪਸ਼ੂਆਂ ਤੋਂ ਬੰਦਿਆਂ ਦੇ ਵਿੱਚ। ਪਹਿਲੀ ਗੱਲ ਇਹ ਹੈ ਜਦੋਂ ਪਸ਼ੂ ਸੂੰਦਾ, 90-95% ਜਿਹੜੀਆਂ ਕੱਟੀਆਂ ਵੱਛੀਆਂ ਹੁੰਦੀਆਂ ਜਾਂ ਕੱਟਰੂ ਬੱਛਰੂ ਹੁੰਦੇ ਆ ਉਹ ਨੈਗੇਟਿਵ ਹੁੰਦੇ, ਉਹਨਾਂ 'ਚ ਬਿਮਾਰੀ ਨਹੀਂ ਹੁੰਦੀ ਹੈਗੀ। ਪਹਿਲੇ 2 ਦਿਨ ਤੁਸੀਂ ਉਹਨਾਂ ਨੂੰ ਬੋੜੀ ਪਿਆ ਸਕਦੇ ਹੋ ਪਰ 3ਜੇ, 4ਥੇ, 5ਵੇਂ ਦਿਨ ਜਿਹੜੇ ਬਿਮਾਰ ਪਸ਼ੂ ਦੀ ਬੋੜੀ ਜਦੋਂ ਕੱਟੀ ਵੱਛੀ ਨੂੰ ਪਿਆਈ ਜਾਊਗੀ ਤਾਂ ਉਹ 'ਚ ਬਿਮਾਰੀ ਫੈਲੂਗੀ। ਦੂਜੀ ਗੱਲ ਕੀ ਹੈ, ਜਦੋਂ ਜਿਹੜਾ ਬਿਮਾਰ ਪਸ਼ੂ ਹੈ ਜਿਹੜਾ ਬਰਸੈਲਾ ਵਾਸਤੇ ਪੀੜਿਤ ਹੈ, ਬਰਸੈਲਾ ਪੋਜ਼ਿਟਿਵ ਹੈ, ਉਹ ਪੂਛ ਹਿਲਾਉਂਦਾ, ਆਪਣੀ ਪੂਛ ਜਿਹੜੀ ਹੈਗੀ ਉਹਦੀ ਮੈਲੇ ਨਾਲ ਲਿਬੜੀ ਹੁੰਦੀ ਹੈ, ਉਹਦੇ ਛਿੱਟੇ ਜਿਹੜਾ ਕੋਈ ਉੱਥੇ ਕੰਮ ਕਰ ਰਿਹਾ ਕੰਮ ਆ ਜਾਂ ਕੋਈ ਪਸ਼ੂ ਪਾਲਕ ਹੈ ਜਾਂ ਕੋਈ ਡਾਕਟਰ ਹੈ ਉਹਦੀਆਂ ਅੱਖਾਂ 'ਚ ਵੀ ਛਿੱਟੇ ਪੈ ਜਾਂਦੇ ਹੈ, ਉਹਦੇ ਨਾਲ ਬਿਮਾਰੀ ਬੜੀ ਜਲਦੀ ਫੈਲਦੀ ਹੈ। ਇੱਦਾਂ ਹੀ ਇਹ ਬਿਮਾਰੀ ਲਾਗ ਦੀ ਬਿਮਾਰੀ ਹੋਣ ਕਰਕੇ ਪਸ਼ੂਆਂ ਤੋਂ ਪਸ਼ੂਆਂ ਦੇ ਵਿੱਚ ਅਤੇ ਇੱਦਾਂ ਹੀ ਬੰਦਿਆਂ 'ਚ ਫੈਲਦੀ ਹੈ। ਸੋ ਹੁਣ ਦੇਖੋ ਮੇਨ ਇਹ ਹੈ ਵੀ ਪਹਿਲਾਂ ਆਪਾਂ ਦੇਖੀਏ ਵੀ ਹੱਲ ਕੀ ਹੈ। ਪਸ਼ੂਆਂ ਦੇ ਵਿੱਚ ਤਾਂ ਇਹ ਹੈ ਵੀ ਅਸੀਂ 6-7-8 ਮਹੀਨੇ ਦੀਆਂ ਕੱਟੀਆਂ ਨੂੰ ਵੱਛੀਆਂ ਨੂੰ ਟੀਕਾ ਲਵਾ ਸਕਦੇ ਹਾਂ। ਟੀਕਾ ਲਵਾਉਣ ਤੋਂ ਪਹਿਲਾਂ ਕੱਟੀਆਂ ਵੱਛੀਆਂ ਦਾ ਬਰਸੈਲਾ ਟੈਸਟ ਹੋਣਾ ਜ਼ਰੂਰੀ ਹੈ, ਬਹੁਤ ਘੱਟ ਲੋਕ ਕਰਦੇ ਹੈ। RBPT ਟੈਸਟ ਕਹਿੰਦੇ ਆ, ਰੋਜ਼ ਬੰਗਾਲ ਪਲੇਅਰ ਟੈਸਟ ਹੈ, ਉਹਦਾ ਖੂਨ ਦਾ ਸੀਰਮ ਸੈਂਪਲ ਲੈ ਕੇ ਉਹਦੇ ਵਿੱਚੋਂ ਇਹ ਟੈਸਟ ਹੁੰਦਾ, ਬੜਾ ਸੌਖਾ ਜਿਹਾ ਟੈਸਟ ਹੈ। ਪਸ਼ੂ ਪਾਲਕ ਆਪਣੇ ਫਾਰਮ 'ਤੇ ਵੀ ਕਰ ਸਕਦੇ ਹੈ। ਫਿਰ ਵੈਕਸੀਨ ਲਵਾਓ, ਔਰ ਇਹ ਵੈਕਸੀਨ ਜਿਹੜੀ ਹੈਗੀ ਸਿਰਫ ਫੀਮੇਲ ਮਤਲਬ ਕਿ ਕੱਟੀਆਂ ਵੱਛੀਆਂ ਨੂੰ ਲੱਗਦੀ ਹੈ,
ਮਾਦਾ ਪਸ਼ੂਆਂ ਨੂੰ ਜਿਹੜੀ ਹੈਗੀ ਨਰ ਪਸ਼ੂਆਂ ਨੂੰ ਵੈਕਸੀਨ ਨਹੀਂ ਲੱਗਦੀ, ਸਿਰਫ ਇਹ ਜਿਹੜੀਆਂ ਹੈਗੀਆਂ ਕੱਟੀਆਂ ਬੱਚਿਆਂ ਨੂੰ ਵੈਕਸੀਨ ਲੱਗਦੀ ਹੈ, ਮਤਲਬ ਕਿ ਜਿਹੜੇ ਝੋਟੇ ਨੇ ਜਾਂ ਬੱਚੇ ਨੇ ਉਹਨਾਂ ਨੂੰ ਇਹ ਵੈਕਸੀਨ ਨਹੀਂ ਲੱਗਦੀ ਹੈਗੀ। ਦੂਜੀ ਗੱਲ ਕੀ ਹੈ, ਦੇਖੋ ਵੈਕਸੀਨ ਜਿਹੜੀ ਹੈਗੀ ਵਿਗਿਆਨਿਕ ਤਰੀਕੇ ਨਾਲ ਲੱਗਣੀ ਚਾਹੀਦੀ, ਉਹਦੇ ਬਾਰੇ ਪਹਿਲਾਂ ਆਪਾਂ ਗੱਲ ਕੀਤੀ ਹੈ ਵੀ ਕੀੜਿਆਂ ਦੀ ਦਵਾਈ ਦਿਓ, ਵੈਕਸੀਨ ਨੂੰ ਬਰਫ਼ 'ਚ ਰੱਖੀ ਹੋਵੇ, ਵੈਕਸੀਨ ਜਿਹੜੀ ਹੈਗੀ ਕਿਉਂਕਿ ਲਾਈਵ ਵੈਕਸੀਨ ਹੈ, ਵੈਕਸੀਨ ਲਾਉਣ ਲੱਗੇ ਵੈਕਸੀਨ ਲਾਉਣ ਵਾਲਾ ਹੱਥਾਂ 'ਤੇ ਦਸਤਾਨੇ ਅੱਖਾਂ 'ਚ ਐਨਕਾਂ ਬੜੇ ਪਰਹੇਜ਼ ਨਾਲ ਵੈਕਸੀਨ ਲੱਗੇ, ਕਿਉਂਕਿ ਵੈਕਸੀਨ ਲਾਉਣ ਵਾਲੇ ਬੰਦੇ ਨੂੰ ਵੀ ਬਿਮਾਰੀ ਬੜੀ ਜਲਦੀ ਹੋ ਸਕਦੀ ਹੈ। ਇੱਕ ਤੁਪਕਾ ਵੀ ਉਹਦੀ ਅੱਖ 'ਚ ਪੈ ਗਿਆ, ਹੱਥ ਨੂੰ ਲੱਗ ਗਿਆ ਤਾਂ ਬਿਮਾਰੀ ਹੋ ਸਕਦੀ ਹੈ, ਹੱਥ 'ਤੇ ਕੱਟ ਲੱਗਿਆ ਹੋਵੇ ਉੱਥੋਂ ਇਹ ਜਿਹੜੀ ਵੈਕਸੀਨ ਦਾ ਜਿਹੜਾ ਹੈਗਾ ਅੰਦਰ ਜਾ ਸਕਦਾ, ਕੀਟਾਣੂ ਵਿਸ਼ਾਣੂ ਜਿਹੜੇ ਇਹਦੇ ਹੈਗੇ। ਹੋਰ ਮੇਨ ਗੱਲ ਕੀ ਹੈ, ਦੇਖੋ ਬੰਦਿਆਂ ਦੇ ਵਿੱਚ ਕੀ ਖਤਰਾ ਹੈ, ਬੰਦਿਆਂ ਦੇ ਵਿੱਚ ਜਿਹੜੇ ਫਾਰਮ 'ਤੇ ਕੰਮ ਕਰਨ ਵਾਲੇ ਨੇ, ਚਾਹੇ ਉਹ ਆਪਣੇ ਕਾਮੇ ਨੇ, ਚਾਹੇ ਪਸ਼ੂ ਪਾਲਕ ਨੇ, ਚਾਹੇ ਡਾਕਟਰ ਨੇ, ਉਹਨਾਂ ਦੇ ਵਿੱਚ ਵੀ ਇਹ ਜਿਹੜੀ ਬਿਮਾਰੀ ਹੈਗੀ ਬਹੁਤ ਜਗ੍ਹਾ 'ਤੇ ਦੇਖੀ ਜਾਂਦੀ ਹੈ। ਉਹ ਕਿਵੇਂ ਹੁੰਦੀ ਹੈ ਵੀ ਮੰਨ ਲਓ ਅਸੀਂ ਜੇਰ ਕੱਢਣ ਕਿਸੇ ਨੂੰ ਬੁਲਾ ਲਿਆ, ਜੇਰ ਕੱਢਣ ਲੱਗੇ ਉਹਨੇ ਐਨਕਾਂ ਨਹੀਂ ਲਾਈਆਂ, ਗੋਗਲਜ਼ ਨਹੀਂ ਲਾਈਆਂ, ਗੋਗਲਜ਼ ਲਾਉਣੀਆਂ ਬਹੁਤ ਜ਼ਰੂਰੀ ਨੇ ਜੇਰ ਕਢਵਾਉਣ ਲੱਗੇ। ਤੁਸੀਂ ਵੀ ਜ਼ਰੂਰ ਆਪਣਾ ਦੇਖੋ, ਕਿਉਂਕਿ ਛਿੱਟਾ ਪੂਛ ਫੜ ਕੇ ਜਿਹੜਾ ਬੰਦਾ ਖਲੋਤਾ ਹੈ ਉਹਦੀਆਂ ਅੱਖਾਂ 'ਚ ਵੀ ਛਿੱਟਾ ਪੈ ਸਕਦਾ ਹੈ। ਬੰਦਿਆਂ ਦੇ ਵਿੱਚ ਕੀ ਹੁੰਦਾ ਵੀ ਦੇਖੋ ਜੇ ਮੰਨ ਲਓ ਅਸੀਂ ਜੇਰ ਚੱਕ ਕੇ ਟੋਆ ਪੱਟ ਕੇ ਚੂਨਾ ਪਾ ਕੇ ਨਹੀਂ ਦੱਬੀ ਹੈਗੀ ਤਾਂ ਵੀ ਬਿਮਾਰੀ ਫੈਲ ਜਾਂਦੀ ਹੈਗੀ, ਕੁੱਤੇ ਕਈ ਵਾਰ ਜੇਰ ਖਿੱਚ ਕੇ ਬਾਹਰ ਲੈ ਆਉਂਦੇ ਹੈਗੇ। ਔਰ ਬੰਦਿਆਂ ਦੇ ਵਿੱਚ ਕੀ ਲੱਛਣ ਆਉਂਦੇ ਹੈ, ਚਾਰ ਤਿੰਨ ਚਾਰ ਚੀਜ਼ਾਂ ਬੰਦਿਆਂ 'ਚ ਦੇਖੀਆਂ ਜਾਂਦੀਆਂ, ਖਾਸ ਕਰਕੇ ਜਵਾਨ ਬੰਦਿਆਂ ਦੇ ਵਿੱਚ ਪਿੱਠ ਦਰਦ ਬਹੁਤ ਜ਼ਿਆਦਾ ਹੁੰਦਾ ਜਿਹੜਾ ਹੈਗਾ, ਔਰ ਰਾਤ ਨੂੰ ਸੌਣ ਲੱਗੇ ਪਸੀਨਾ ਤਰੇੜੀਆਂ ਬਹੁਤ ਜ਼ਿਆਦਾ ਆਉਂਦੀਆਂ, ਗੋਡੇ ਜਿਹੜੇ ਹੈਗੇ ਜੋੜਾਂ ਦੇ ਦਰਦ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ, ਪਤਾਲੂ ਸੁੱਜ ਜਾਂਦੇ ਹੈ, ਇਹ ਚਾਰ ਲੱਛਣ ਨੇ, ਬੜੀ ਖਤਰਨਾਕ ਹੈ। ਸਵੇਰੇ ਸ਼ਾਮ ਜਿਹੜਾ ਹਲਕਾ ਫੁਲਕਾ ਬੁਖਾਰ ਰਹਿੰਦਾ ਹੈਗਾ। ਸੋ ਇਹਦੇ ਵਾਸਤੇ ਕੀ ਹੈ ਵੀ ਟੈਸਟ ਕਰਾਉਣਾ ਜ਼ਰੂਰੀ ਹੈ, ਜੇ ਤੁਹਾਡੇ ਕੋਈ ਇੱਦਾਂ ਦੇ ਚਾਰੇ ਲੱਛਣ ਆਉਂਦੇ। ਰਾਤ ਦੀਆਂ ਤਰੇਲੀਆਂ ਜਿਹੜੀਆਂ ਹੈਗੀਆਂ, ਨਾਈਟ ਚਿਲ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਉਹ ਹੈਗਾ। ਹੁਣ ਹੱਲ ਕੀ ਹੈ, ਦੇਖੋ ਹੱਲ ਇਹ ਹੈ ਵੀ ਪਹਿਲਾਂ ਤਾਂ ਸਾਰੇ ਪਸ਼ੂਆਂ ਦਾ ਜਿਹੜਾ ਹੈਗਾ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ, ਔਰ ਪਸ਼ੂ ਦਾ ਸਮੂਹ ਤੋਂ 15-20 ਦਿਨ ਪਹਿਲਾਂ ਅਤੇ 15-20 ਦਿਨ ਬਾਅਦ ਟੈਸਟ ਨਹੀਂ ਕਰਾਉਣਾ ਚਾਹੀਦਾ, ਕਿਉਂਕਿ ਉਸ ਸਮੇਂ ਟੈਸਟ ਜਿਹੜਾ ਹੈਗਾ RBPT ਰੋਜ਼ ਬੰਗਾਲ ਪਲੇਟ ਟੈਸਟ ਹੈ ਜਿਹੜਾ, ਉਹ ਤੁਹਾਨੂੰ ਗਲਤ ਆ ਸਕਦਾ ਵੀ ਸੂਨ ਤੋਂ ਮਹੀਨਾ ਪਹਿਲਾਂ ਕਰਾ ਲਓ ਜਾਂ ਮਹੀਨਾ ਬਾਅਦ 'ਚ ਕਰਾਓ। ਬੰਦਿਆਂ ਦੇ ਵਿੱਚ ਇਸ ਬਿਮਾਰੀ ਦਾ ਹੋਰ ਵੱਡਾ ਖਤਰਾ ਕਿ ਤਿੰਨ ਚੀਜ਼ਾਂ ਬੜੀਆਂ ਨੇ, ਜਿਹੜੇ ਲੋਕ ਕੱਚਾ ਦੁੱਧ ਪੀਂਦੇ ਆ ਉਹਨਾਂ 'ਚ ਬਿਮਾਰੀ ਬੜੀ ਜਲਦੀ ਕੱਚੇ ਦੁੱਧ ਰਾਹੀਂ ਬਿਮਾਰੀ ਫੈਲ ਜਾਂਦਾ। ਕਰੀਮ ਜਿਹੜੀ ਹੈਗੀ ਦੁੱਧ ਤੋਂ, ਕੱਚੇ ਦੁੱਧ ਤੋਂ ਕੱਢੀ ਹੋਈ ਕਰੀਮ ਹੈ ਜਿਹੜੀ, ਪੇਸਟਰੀਆਂ ਹੋ ਗਈਆਂ, ਕੇਕ ਹੋ ਗਏ, ਕਰੀਮ ਰੋਲ ਹੋ ਗਏ, ਇਹ ਬਹੁਤ ਵੱਡਾ ਜ਼ਰੀਆ ਨੇ ਬਿਮਾਰ ਪਸ਼ੂ ਤੋਂ ਬੰਦਿਆਂ 'ਚ ਬਿਮਾਰੀ ਜਾਣ ਦਾ। ਕਿਉਂਕਿ ਹੁਣ ਜਿਹੜੀ ਇਹ ਬਿਮਾਰੀ ਹੈਗੀ ਇਹਦੇ ਬਾਰੇ ਵਿਸ਼ਵ ਸਿਹਤ ਸੰਗਠਨ ਜਿਹੜਾ ਹੈਗਾ WHO ਜਿਹੜੀ ਹੈਗੀ ਉਹ ਵੀ ਇਹਦੇ ਬਾਰੇ ਕਹਿ ਚੁੱਕੀ ਹੈ, ਕਿਉਂਕਿ ਹੁਣ ਇਹ ਸਹੀ ਸਮੇਂ ਦੇ ਬਾਰੇ ਗੱਲ ਕਰਨ ਦਾ, ਇਹ ਚੀਜ਼ਾਂ ਸਾਨੂੰ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਇਹ ਚੀਜ਼ਾਂ ਬਿਮਾਰੀ ਫੈਲਣ ਦਾ ਬਹੁਤ ਵੱਡਾ ਜ਼ਰੀਆ ਨੇ। ਔਰ ਬੰਦਿਆਂ ਦੇ ਵਿੱਚ ਵੀ ਜਿਹੜੇ ਬੰਦੇ ਕੰਮੇ ਸਾਡੇ ਡਾਕਟਰ ਭਰਾ ਪ੍ਰਾਈਵੇਟ ਸਰਕਾਰੀ ਕੋਈ ਵੀ ਜਿਹੜੇ ਫਾਰਮਾਂ 'ਤੇ ਕੰਮ ਕਰਦੇ ਆ, ਹਰ 6 ਮਹੀਨੇ ਬਾਅਦ ਉਹਨਾਂ ਨੂੰ ਆਪਣੇ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ। ਖਾਸ ਕਰਕੇ ਜਿਹੜੇ ਆਪਾਂ ਚਾਰ ਲੱਛਣਾਂ ਦੀ ਗੱਲ ਕੀਤੀ ਹੈ ਵੀ ਪਿੱਠ ਦਰਦ ਹੈ ਜਾਂ ਤਰੇਲੀਆਂ ਆਉਂਦੀਆਂ ਜਾਂ ਗੋਡਿਆਂ ਦੇ ਦਰਦ ਹੈ ਜਿਹੜੇ, ਇਹ ਸ਼ੁਰੂਆਤੀ ਲੱਛਣ ਹੁੰਦੇ ਹੈ, ਕਿਉਂਕਿ ਬਾਅਦ 'ਚ ਬਿਮਾਰੀ ਦਾ ਇਲਾਜ ਕਰਨਾ ਬੰਦਿਆਂ 'ਚ ਵੀ ਬੜਾ ਔਖਾ ਹੋ ਜਾਂਦਾ। ਸ਼ੁਰੂਆਤੀ ਸਟੇਜ 'ਤੇ ਬਿਮਾਰੀ ਦੇ ਵਿੱਚ ਹੋਮਿਓਪੈਥਿਕ ਐਲੋਪੈਥਿਕ ਦਵਾਈਆਂ ਹੈਗੀਆਂ,
ਬਹੁਤ ਸਾਰੇ ਅਦਾਰੇ ਇੱਥੇ ਕੰਮ ਕਰ ਰਹੇ ਹੈਗੇ। ਹੋਰ ਖਾਸ ਗੱਲਾਂ ਦਾ ਪਰਹੇਜ਼ ਰੱਖਣ ਦੀ ਕੀ ਲੋੜ ਹੈ? ਦੋ ਗੱਲਾਂ ਜ਼ਰੂਰੀ ਨੇ। ਦੇਖੋ, ਪਹਿਲੀ ਗੱਲ ਇਹ ਹੈ, ਜਦੋਂ ਅਸੀਂ ਟੀਕਾ ਵੀ ਭਰਾਉਂਦੇ ਹਾਂ, ਟੀਕਾ ਭਰਨ ਲੱਗੇ ਵੀ ਜਿਹੜਾ ਡਿਸਚਾਰਜ ਆਉਂਦਾ ਉਹਦੇ ਰਾਹੀਂ ਬਿਮਾਰੀ ਫੈਲਣ ਦਾ ਡਰ ਰਹਿੰਦਾ। ਸੋ ਹਮੇਸ਼ਾ ਗੋਗਲਜ ਦਾ ਅਤੇ ਸਲੀਵ ਜਿਹੜਾ ਹੈਗਾ, ਆਰਮ ਸਲੀਵ, ਉਹਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਪਸ਼ੂਆਂ ਦੀ ਸਮੇਂ ਸਿਰ ਜਾਂਚ ਕਰਾਉਣੀ ਜ਼ਰੂਰੀ ਹੈ। ਇਹ ਜਾਂਚ ਕਰਾਉਣ ਦਾ ਤੁਹਾਨੂੰ ਤਾਂ ਫਾਇਦਾ ਰਹੂਗਾ, ਮੰਨ ਲਓ ਤੁਹਾਡੇ ਕੋਲ 10 ਪਸ਼ੂ ਨੇ, 3-4-5 ਪਸ਼ੂ ਪੋਜ਼ਿਟਿਵ ਆ ਜਾਂਦੇ ਆ, ਜਿਹੜੇ ਬਾਕੀ 5 ਪਸ਼ੂ ਨੇ, ਇਹ ਤੁਸੀਂ ਗੱਲ ਧਿਆਨ ਰੱਖੋ ਵੀ ਜਿਹੜੀ ਬਰੂਸੈਲਾ ਦੀ ਵੈਕਸੀਨ ਹੈ ਇਹ ਅਕਸਰ 6-9 ਮਹੀਨੇ 'ਤੇ ਲੱਗਦੀ ਹੈ, ਪਰੰਤੂ ਨੈਗੇਟਿਵ ਪਸ਼ੂ ਦੇ ਵਿੱਚ ਇਹ ਵੈਕਸੀਨ ਕਿਸੇ ਵੀ ਉਮਰ 'ਤੇ ਲਾਈ ਜਾ ਸਕਦੀ ਹੈ। ਹੁਣ ਨਵੀਆਂ ਖੋਜਾਂ ਆ ਗਈਆਂ, ਬਹੁਤ ਸਾਰੀਆਂ ਖੋਜਾਂ ਇਸ ਚੀਜ਼ ਦਾ ਸਮਰਥਨ ਕਰਦੀਆਂ। ਬਹੁਤ ਸਾਰੇ ਮਾਹਰ ਕਹਿੰਦੇ ਆ ਵੀ ਨਹੀਂ, ਵੈਕਸੀਨ ਲੱਗਣੀ ਚਾਹੀਦੀ, ਪਰ ਮੈਂ ਆਪਣੇ ਨਿੱਜੀ ਤਜਰਬੇ ਨਾਲ ਅਤੇ ਬਹੁਤ ਸਾਰੇ ਮਾਹਰਾਂ ਦੇ ਤਜਰਬੇ ਨਾਲ ਮੈਂ ਕਹਿ ਰਿਹਾ ਵੀ ਵੈਕਸੀਨ ਕਿਸੇ ਵੀ ਉਮਰ ਦੀ ਜਿਹੜੀ ਫੀਮੇਲ ਹੈ, ਮੱਝ ਗਾਂ ਹੈ, ਉਹਨੂੰ ਲਗਾਈ ਜਾ ਸਕਦੀ ਹੈ। ਹੁਣ ਜਿਹੜੇ ਸਾਡੇ ਭੇਡਾਂ ਬੱਕਰੀਆਂ ਵਾਲੇ ਵੀਰ ਨੇ, ਬੱਕਰੀਆਂ 'ਚ ਬਿਮਾਰੀ ਬਹੁਤ ਜ਼ਿਆਦਾ ਖਤਰਨਾਕ ਹੈ। ਬੱਕਰੀਆਂ ਵਾਲੀ ਬਿਮਾਰੀ ਜਿਹੜੀ ਹੈਗੀ ਹੈ, ਬੰਦੇ ਆ ਸਭ ਤੋਂ ਜ਼ਿਆਦਾ ਫੈਲਦੇ। ਜਿਹੜੇ ਲੋਕ, ਜਿਵੇਂ ਹੁਣ ਡੇਂਗੂ ਦਾ ਸੀਜ਼ਨ ਹੁੰਦਾ, ਅਕਸਰ ਕਹਿੰਦੇ ਜੀ ਬੱਕਰੀ ਦਾ ਦੁੱਧ ਪੀ ਲਓ। ਧਿਆਨ ਰੱਖੋ, ਬੱਕਰੀ ਦਾ ਦੁੱਧ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਉਬਾਲਿਆ ਹੋਵੇ। ਕੱਚਾ ਦੁੱਧ ਪੀਣਾ ਫਾਇਦੇ ਦੀ ਜਗ੍ਹਾ ਨੁਕਸਾਨ ਕਰਦਾ। ਕਈ ਵਾਰ ਲੋਕ ਕਹਿੰਦੇ ਜਲਦੀ ਹਜ਼ਮ ਹੋ ਜਾਂਦਾ, ਬੱਚਿਆਂ ਨੂੰ ਦੇ ਦਿੰਦੇ ਹਾਂ। ਇਹ ਬਿਮਾਰੀ ਬਹੁਤ ਜਗ੍ਹਾ 'ਤੇ ਰਿਪੋਰਟ ਹੋਣ ਲੱਗ ਗਈ। ਗੱਲ ਡਰਾਉਣ ਵਾਲੀ ਨਹੀਂ ਹੈਗੀ, ਪਰ ਗੱਲ ਇਹ ਹੈ ਵੀ ਜਿਹੜਾ ਸੱਚ ਹੈ ਉਹ ਵਾਕਈ ਇੱਦਾਂ ਦਾ ਹੈਗਾ। ਸੋ ਇਹ ਜਿਹੜੇ ਹੈਗੇ, ਗਲਤੀ ਨਹੀਂ ਕਰਨੀ ਹੈਗੀ। ਬੱਕਰੀਆਂ ਵਾਲੇ ਵੀਰ ਜਿਹੜੇ ਹੈਗੇ, ਜਦੋਂ ਵੀ ਉਹਨਾਂ ਦੇ ਬੱਕਰੀ ਬੱਚਾ ਦਿੰਦੀ ਹੈ, ਕਦੇ ਵੀ ਨੰਗੇ ਹੱਥਾਂ ਨਾਲ ਬੱਕਰੀ ਨੂੰ ਨਾ ਨਾ ਸਮਾਓ। ਤੁਹਾਡੇ ਕੋਲ ਵਧੀਆ ਕੁਆਲਿਟੀ ਦੇ ਜਿਹੜੇ ਆਰਮ ਸਲੀਵ ਹੈਗੇ, ਪੂਰੀ ਬਾਂਹ ਤੱਕ ਚੜ੍ਹਾਉਣ ਵਾਲੇ ਜਿਹੜੇ ਸਲੀਵ ਹੈਗੇ ਉਹ ਹੋਣੇ ਚਾਹੀਦੇ ਹੈ। ਫਿਰ ਤੁਸੀਂ ਜਿਹੜੀ ਹੈਗੀ ਬੱਕਰੀ ਦੇ ਬੱਚੇ ਨੂੰ ਬਾਹਰ ਕੱਢੋ, ਅਤੇ ਜਿਹੜਾ ਉਹਦਾ ਮੈਲਾ ਵਗੈਰਾ ਹੈਗਾ ਉਹਨੂੰ ਟੋਆ ਪੁੱਟ ਕੇ ਦੱਬੋ, ਕਿਉਂਕਿ ਜਿਹੜਾ ਬਰਸੈਲਾ ਮੈਲੀਟੈਂਸਿਸ ਹੈ ਇਹ ਬਹੁਤ ਜ਼ਿਆਦਾ ਖਤਰਨਾਕ ਹੈ। ਬਾਕੀ ਦੇਖੋ, ਗੁਰੂ ਅੰਗਦ ਦੇਵ ਯੂਨੀਵਰਸਿਟੀ ਦਾ ਜਿਹੜਾ ਪਬਲਿਕ ਹੈਲਥ ਡਿਪਾਰਟਮੈਂਟ ਜਿਹੜਾ ਹੈਗਾ, ਉਹਦੇ ਬਾਰੇ ਜਿਹੜਾ ਹੈਗਾ, ਇਹਦੇ ਬਾਰੇ ਬਹੁਤ ਬਰੀਕੀ ਨਾਲ ਕੰਮ ਕਰ ਰਹੇ ਹੈ। ਉਹਨਾਂ ਨੇ ਉੱਥੇ ਸੈਂਟਰ ਫਾਰ ਵਨ ਹੈਲਥ ਜਿਹੜਾ ਉਹ ਵੀ ਬਣਾਇਆ ਹੋਇਆ। ਉੱਥੇ ਤੁਸੀਂ ਜਦੋਂ ਮਰਜ਼ੀ ਹੈਗੇ, ਜਿਹੜੇ ਉੱਥੇ ਮਾਹਰ ਹੈਗੇ ਯੂਨੀਵਰਸਿਟੀ ਦੇ ਵਿੱਚ, ਤੁਸੀਂ ਉਹਨਾਂ ਦੀ ਸਲਾਹ ਲੈ ਸਕਦੇ ਹੋ। ਪਰੰਤੂ ਜ਼ਰੂਰੀ ਹੈ ਵੀ ਬੰਦਿਆਂ ਦਾ ਵੀ ਅਤੇ ਪਸ਼ੂਆਂ ਦਾ ਵੀ ਜਿਹੜਾ ਸੀਰਮ ਸੈਂਪਲ ਹੈ, ਜਿਹੜੇ ਬੰਦੇ ਪਸ਼ੂਆਂ ਦੇ ਸੰਪਰਕ 'ਚ ਰਹਿੰਦੇ ਹੈ, ਉਹਨਾਂ ਦਾ ਹਰ 6 ਮਹੀਨੇ ਬਾਅਦ ਇਹ ਟੈਸਟ ਹੋਣਾ ਜ਼ਰੂਰੀ ਹੈ। ਗੱਲ ਹੈ ਜੀ, ਦੇਖੋ ਪਰਹੇਜ਼ ਜਿਹੜਾ ਹੈਗਾ ਹਮੇਸ਼ਾ ਹੀ ਇਲਾਜ ਨਾਲੋਂ ਵਧੀਆ ਅਤੇ ਇਲਾਜ ਨਾਲੋਂ ਸਸਤਾ ਪੈਂਦਾ। ਸੋ ਇਹਦੇ ਬਾਰੇ ਆਪਾਂ, ਹੋਰ ਵੀ ਕੋਈ ਸਵਾਲ ਹੋਵੇ ਤੁਸੀਂ ਮੈਨੂੰ ਥੱਲੇ ਉਹਦੇ ਵਿੱਚ ਡਿਸਕ੍ਰਿਪਸ਼ਨ 'ਚ ਲਿਖ ਸਕਦੇ ਹੋ। ਇਲਾਜ ਦਾ ਮੈਂ ਤੁਹਾਨੂੰ ਬੜਾ ਕਹਿ ਰਿਹਾ, ਅੱਜ ਤੱਕ ਇਹਦਾ ਕੋਈ ਪੱਕਾ ਇਲਾਜ ਨਹੀਂ ਹੈਗਾ ਪਸ਼ੂਆਂ 'ਚ। ਹਾਂ, ਬੰਦਿਆਂ 'ਚ ਤਾਂ ਬਹੁਤ ਵਧੀਆ ਇਲਾਜ ਹੈ, ਐਲੋਪੈਥਿਕ ਹੋਮਪੈਥਿਕ ਦਵਾਈਆਂ ਹੈਗੀਆਂ। ਬਾਕੀ ਇਹਦੇ ਬਾਰੇ ਦੇਖੋ, ਗੁਰੂ ਅੰਗਦ ਦੇਵ ਯੂਨੀਵਰਸਿਟੀ ਨੇ ਜਿਹੜੀ ਹੈਗੀ ਇੱਕ ਮਾਣੋ ਅਤੇ ਮੱਤੋ ਜਿਹੜੀ ਕਿਤਾਬ ਸੀਗੀ ਪਿੱਛੇ ਜਿਹੜੀ ਪਬਲਿਸ਼ ਹੋਈ ਸੀ ਪਿਛਲੇ 2 ਸਾਲ ਪਹਿਲਾਂ, ਉਹਦੀ ਮੈਂ ਫੋਟੋ ਜਿਹੜੀ ਹੈਗੀ ਨਾਲ ਸ਼ੇਅਰ ਕਰ ਦੂੰਗਾ ਤੁਹਾਨੂੰ। ਉਹ ਜਿਹੜੀ ਕਿਤਾਬ ਜਿਹੜੀ ਹੈਗੀ ਮਾਣੋ ਅਤੇ ਮੱਤੋ ਜਿਹੜੀ ਹੈਗੀ, ਬਹੁਤ ਹੀ ਜਾਣਕਾਰੀ ਭਰਪੂਰ ਕਿਤਾਬ ਹੈ। ਉਹ ਤੁਸੀਂ ਜ਼ਰੂਰ ਪੜ੍ਹੋ, ਬਹੁਤ ਵਧੀਆ ਤੁਹਾਨੂੰ ਜਾਣਕਾਰੀ ਮਿਲੂਗੀ। ਜਿੰਨੇ ਵੀ ਪਸ਼ੂ ਰੱਖਣ ਵਾਲੇ ਬੰਦੇ ਹੈ, ਉਹ ਜਿਹੜੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੀ ਗੜਵਾਸੂ ਦੀ ਲੁਧਿਆਣਾ ਦੀ ਜਿਹੜੀ ਕਿਤਾਬ ਹੈ ਉਹ ਜ਼ਰੂਰ ਪੜ੍ਹੋ। ਠੀਕ ਹੈ, ਆਪਾਂ ਗੱਲਾਂ ਕਰਦੇ ਰਹਾਂਗੇ। ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।